ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀਤ ਨਾਲ ਹੋਵੋਗੇ। ਅਤੇ ਯਾਰ ਸਭ ਤੋਂ ਪਹਿਲੇ ਮੇਰੀ ਤਰਫੋਂ ਤਮਾਮ ਮੁਸਲਮਾਨਾਂ ਨੂੰ ਬਹੁਤ 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 ਜੁਮਾ ਮੁਬਾਰਕ। ਠੀਕ ਹੈ, ਅੱਜ ਹੀ ਜੁਮਾ ਅਤੇ ਜੁਮੇ ਵਾਲੇ ਦਿਨ ਤੁਹਾਨੂੰ ਪਤਾ ਹੈ ਕਿ ਅਸੀਂ ਹੁੰਦੇ ਹਾਂ ਵਿਹਲੇ। ਯਾਰ ਟਾਈਮ ਹੋ ਗਿਆ ਜੇ ਇਸ ਟਾਈਮ ਪਾਉਣੇ ਤੁਹਾਨੂੰ ਮਦਦ ਦਾ। ਠੀਕ ਹੈ, ਜੁਮਾ ਪੜ੍ਹ ਕੇ ਅਤੇ ਗਏ ਹਾਂ ਕਬਰਸਤਾਨ, ਕਬਰਸਤਾਨ ਜਾ ਕੇ ਦੁਆ ਵਗੈਰਾ ਕਰਕੇ ਅਤੇ ਹੁਣ ਘਰ ਵਾਪਸ ਜਾਂਦੇ ਹਾਂ। ਅਤੇ ਬਾਕੀ ਤੁਹਾਨੂੰ ਮੈਂ ਚੀਜ਼ ਵਹਾਵਾਂ, ਇਹ ਚੀਜ਼ ਚੈੱਕ ਕਰੋ। ਅੱਜ ਜਿਹੜਾ ਨਾ ਮੈਂ ਕਾਲਾ ਸੂਟ ਤਕਰੀਬਨ ਕੋਈ 1.5-2 ਮਹੀਨਿਆਂ ਬਾਅਦ ਪਾਇਆ। ਠੀਕ ਹੈ, ਨਹੀਂ ਤਾਂ ਮੈਂ ਤੁਹਾਨੂੰ ਪਤਾ ਉਹੀ ਚਿੱਟਾ ਜਾਂ ਇੱਕ ਕੋਈ ਮੇਰੇ ਕੋਲ ਗੁਲਾਬੀ ਰੰਗ ਦਾ ਸੂਟ ਹੈ, ਉਹ ਇਹ 2-3 ਜਿਹੜਾ ਨਾ ਮੈਂ ਸੂਟ ਪਾਉਂਦਾ ਜੁੰਮੇ ਵਾਲੇ ਦਿਨ। ਕਾਲਾ ਸੂਟ ਜਿਹੜਾ ਨਾ ਮੈਂ ਵਾਹਵਾ ਝੇੜ ਬਾਅਦ ਪਾਇਆ, ਅਤੇ ਅੱਜ ਮੈਂ ਕਾਲੇ ਸੂਟ ਦੇ ਵਿੱਚ ਮੈਨੂੰ ਲੱਗਦਾ ਪਿਆ ਕਿ ਮੈਂ ਜਿਹੜਾ ਨਾ ਕਿਊਟ ਬੱਚਾ ਲੱਗਦਾ ਪਿਆ। ਬਾਕੀ ਸਾਰੇ ਜਿਹਨੇ ਕਮੈਂਟ ਵੀ ਲਾਜ਼ਮੀ ਦੱਸਿਓ ਕਿ ਕਾਲੇ ਸੂਟ ਦੇ ਵਿੱਚ ਮੈਂ ਕਹਿੰਦਾ ਲੱਗਦਾ ਪਿਆ, ਕਮੈਂਟ ਜਿਹੜਾ ਨਾ ਸਾਰੇ ਨੇ ਲਾਜ਼ਮੀ ਕਰਕੇ ਦੱਸਣਾ। ਖੈਰ, ਗਰਮੀਆਂ ਤਾਂ ਜਾਂਦੀ ਵਾਰ ਦੇ ਸੂਰਜ ਦੀ ਚਮਕ ਚੈੱਕ ਕਰ ਲਓ, ਕਿਉਂਕਿ ਇਹ ਜਿਹੜੀ ਚਮਕ ਹੈ ਨਾ, ਨਹੀਂ ਇਹ ਜਿੰਝ ਸੂਰਜ ਲਿਸ਼ਕਾਰੇ ਮਾਰਦਾ ਨਾ ਪਿਆ। ਠੀਕ ਹੈ, ਇਹ ਹੋਰ ਕੋਈ 15-20 ਦਿਨਾਂ ਬਾਅਦ, ਨਹੀਂ ਤਕਰੀਬਨ ਕੋਈ 1.5 ਮਹੀਨੇ ਬਾਅਦ, ਠੀਕ ਹੈ, ਇਹਦੀ ਤਪਸ਼ ਘੱਟ ਹੋਈ ਜਾਣੀ ਹੈ। ਫਿਰ ਆਹਿਸਤਾ ਆਹਿਸਤਾ ਇੰਨੀ ਕੁ ਘੱਟ ਹੋਣੀ ਹੈ ਕਿ ਅਸੀਂ ਸੂਰਜ ਨੂੰ ਵਡੀਕਣਾ ਕਰਨਾ, ਇੰਝ ਕਰਕੇ ਅਸਮਾਨ ਵੱਲ ਵੇਖ ਵੇਖ ਕੇ ਕਿ ਸੂਰਜ ਕਿੱਦਾਂ ਨਿਕਲੇਗਾ, ਕਿਉਂਕਿ ਅੱਗੋਂ ਸਰਦੀਆਂ ਸਟਾਰਟ ਹੋਣ ਵਾਲੀਆਂ ਨੇ। ਅਤੇ ਤੁਹਾਨੂੰ ਪਤਾ ਜਦੋਂ ਸਰਦੀਆਂ ਸਟਾਰਟ ਹੋਈਆਂ ਨਾ, ਉਦੋਂ ਯੂਨੀਵਰਸ ਅਬਾਊਟ ਡੈਟ ਸੂਰਜ ਹੋੜੀ ਜਿਹੜਾ ਨਾ ਉਹ ਗੈਪ ਹੋਈ ਜਾਂਦੇ ਨੇ, ਉਹ ਫਿਰ ਕਦੀ ਕਦੀ ਜਿਹੜਾ ਨਾ ਆਪਣੀ ਝਲਕ ਕੱਢਦੇ ਨੇ, ਅਤੇ ਉਹ ਪਤਾ ਵੀ ਨਹੀਂ ਲੱਗਦਾ ਕਦੋਂ ਨਿਕਲਿਆ ਅਤੇ ਕਦੋਂ ਗਰੂਬ ਹੋ ਗਿਆ, ਕਿਉਂਕਿ ਸਰਦੀਆਂ ਦੇ ਵਿੱਚ ਦਿਨ ਵੀ ਛੋਟਾ ਹੁੰਦਾ ਅਤੇ ਫਿਰ ਇੰਝ ਜਿਹੜਾ ਨਾ ਟਾਈਮ ਨਿਕਲਦਾ ਜਾਂਦਾ। ਸਰਦੀਆਂ ਦੇ ਵਿੱਚ ਅਸੀਂ ਸੂਰਜ ਨੂੰ ਤਰਸਦੇ ਹਾਂ ਅਤੇ ਗਰਮੀਆਂ ਦੇ ਵਿੱਚ ਅਸੀਂ ਕਹਿੰਦੇ ਹਾਂ ਹਾਏ ਬੱਦਲ ਹੋਈਏ ਸੂਰਜ ਸਾਹਮਣੇ ਨਾ ਆਏ। ਠੀਕ ਹੈ, ਅਤੇ ਉਹ ਜੇ ਹੁਣ ਸਰਦੀਆਂ ਦੇ ਸਰਦੀਆਂ ਦੇ ਵਿੱਚ ਅਸੀਂ ਕਹਿੰਦੇ ਹਾਂ ਬੱਦਲ ਹੋਏ ਹੀ ਨਾ, ਧੁੰਦ ਪਏ ਹੀ ਨਾ, ਬਸ ਸੂਰਜ ਨਿਕਲਿਆ ਰਹੇ, ਇਹੀ ਸੀਨ ਜਿਹੜਾ ਨਾ ਚੱਲਦਾ ਰਹਿੰਦਾ ਅਤੇ ਇੰਝ ਹੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਸੁਣਾਓ ਚੋੜੀ ਸਾਹਿਬ, ਕੀ ਹਾਲ ਹੈ? ਇੱਕ ਬੋਤਲ ਦਿਓ। ਹਾਂ ਬੋਤਲ, ਪੈਸੇ ਨਹੀਂ ਲੈਣੇ, ਬੋਤਲ ਡਿਊ ਡਿਊ। ਆਹੋ, ਤੇ ਪੈਸੇ ਖੋ ਕੇ ਤੇ ਫਿਰ ਲਾਨੇ ਸਾਹਿਬ, ਚੱਲ ਡਿਊ ਡੇ, ਬਾਕੀ ਗੱਲਾਂ ਬਾਅਦ ਚੋਂ ਕਰਨੇ ਆ। ਤੈਨੂੰ ਤੇ ਨਹੀਂ ਦੇਣੀ ਬੋਤਲ, ਲੀਟਰ ਮੈਂ ਨਹੀਂ ਪੀਣੀ, ਇੱਕ ਲੀਟਰ। ਚੱਲ ਫਿਰ ਜਾ, ਚੱਲ 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 ਟਾਈਮ ਨਾਲ, ਚੱਲ ਖਲੋਈ ਆ ਹੁਣ, ਪੀ ਕੇ ਜਾਈ ਪੁੱਤਰ, ਪਹਿਲੇ ਨਾ ਜਾਈ, ਮੈਨੂੰ ਪਤਾ ਤੂੰ ਢੀਠ ਹੈ, ਇੰਨਾ ਮੈਨੂੰ ਵੀ ਪਤਾ ਤੂੰ ਜਾਣਾ ਨਹੀਂ, ਜਾਣਾ ਫਿਰ ਲੋੜ ਅੱਜ ਮੈਂ ਅੱਗੇ ਵੀ ਕੇਕ ਹੀ ਹੁੰਦਾ ਜੀ, ਉਹਨਾਂ ਵਾਟ ਦੋ ਹਫ਼ਤੇ ਯਾਰ ਬਿਜ਼ੀ ਹੈ, ਅਗਲੇ ਹਫ਼ਤੇ ਤੈਨੂੰ ਬੋਤਲ ਲੱਭਦੀ, ਤੈਨੂੰ ਕੋਈ ਸੁੱਕੇ ਹੱਥ ਚੰਡਾ ਨਾ ਮਾਣੇ, ਤੂੰ ਬੋਤਲ ਹੀ ਗੱਲ ਪਿਆ ਕਰਨਾ, ਕੌਣ ਬੋਤਲ ਪਿਲਾਉਂਦਾ, ਤੂੰ ਬੋਤਲ ਪਿਲਾਈ ਕਦੀ ਸਾਨੂੰ, ਤੂੰ ਤੇ ਅੱਜ ਤੱਕ ਉਹ ਬਾਏ ਵਨ ਗੈਟ ਵਨ ਫ੍ਰੀ ਰਾਤੀ ਡੀਲ ਲੱਗੀ ਸੀ ਹੈ, ਮੂੰਹ ਤੇਰਾ ਚਪੇਰਾ ਖਾਣ ਵਾਲਾ ਵੈਸੇ। ਚੋਰੀ ਬੋਤਲ ਪੀ ਸਾਡੇ ਵੱਲੋਂ ਰਿਆਤ ਭੁਲਾਉਂਦਾ ਪਿਆ, ਕਾਹਦੀ ਗੱਲ ਏ, ਇਹ ਵੇਖ ਯਾਰ ਬਾਕੀ ਵੀ ਮੈਨੂੰ ਦੇਖ ਰਹੀ ਹੈ, ਇੰਨਾ ਬੱਚਾ ਹੋਣਾ ਚਾਹੀਦਾ, ਵੇਖਿਆ ਹੀ ਆਪਣਾ ਦੋਸਤ ਰੱਖਿਆ ਹੈ ਬੈ, ਕੀ ਚਾਹੀਦਾ ਜੀ ਹੁਣ? ਮੈਂ ਤੇਰੇ ਵੱਲੋਂ ਵੇਖਦਾ ਇੱਕ ਬੋਤਲ ਪੀ ਨਹੀਂ ਲੈ ਲਗਾ ਅੱਜ ਪਹਿਲੇ ਗੱਲ ਤੇ ਗੱਲ ਨੀ ਦੇਖ ਲੈ, ਪੈਸੇ ਦੇ ਕੀ ਆ, ਲੈ ਮੈਂ ਉਹਨੂੰ ਪੈਸੇ, ਇਧਰ ਇਹਦਾ ਧਿਆਨ ਇਧਰ ਕਰਵਾਈ, ਇਧਰ ਵੇਖ ਮੈਂ ਉਹਨੂੰ ਪੈਸੇ ਦਿੰਦਾ ਜੇ ਉਹਨੇ ਫੜੇ ਨਾ, ਇੱਧਰ ਵੇਖ ਜੇ ਇਹ ਵੇਖ ਜੇ ਉਹਨੇ ਫੜੇ ਨਾ ਤੇ ਤੂੰ ਦੇਣੇ ਨੇ, ਇਹ ਚੋੜੀ ਇਹ ਪੈਸੇ ਕੱਢ ਇਹਦੇ 'ਚ, ਇਹ ਪੈਸੇ ਕੱਢ, ਇਹ ਵੇਖ ਆਹ ਬਟੂਆ ਚੋੜੀ ਵਾਲਾ ਪੈਸੇ ਕੱਢ।
ਤੇਰੇ ਕੋਲ ਲੈਣੇ ਨੇ, ਤੇਰੇ ਕੋਲ ਪੈਸੇ ਲੈਣੇ ਨੇ, ਪੈਸੇ ਦੇ ਉਹਨੂੰ, ਪੈਸੇ ਦੇ ਪੈਸੇ। ਉਹ ਆਂਦਾ ਨਹੀਂ ਲੈਣੇ, ਲੈਣੇ ਨੇ ਚੋੜੀ ਤੂੰ ਮੇਰੇ ਕੋਲ ਪੈਸੇ। ਹੈਲ ਵੇਖ ਲੈ, ਆਂਦਾ ਨਹੀਂ। ਇੱਧਰ ਵੇਖ, ਇੱਧਰ ਵੇਖ, ਇੱਧਰ ਵੇਖ, ਪਾਣੀ ਲੈ। ਇੱਧਰ ਹੁਣ ਨਹੀਂ ਵੇਖਣਾ, ਇਹਨੇ ਹੁਣ ਨਹੀਂ ਵੇਖਣਾ। ਇੱਧਰ ਵੇਖ, ਹੁਣ ਪਾਣੀ ਲੈ, ਇਹਦੇ 'ਚ ਨੱਕ ਡੋਗੇ ਨਾ, ਮਰ ਗਿਆ। ਸੁਣਾਓ ਚਾਚੂ ਜੀ ਕੀ ਹਾਲ ਏ, ਪੈਸੇ ਨਹੀਂ ਦਿੰਦਾ? ਇਹਨੂੰ ਕਿਹਾ ਕੱਢ ਕੇ ਫੜਕਾ, ਸਾਡੇ ਮੂੰਹ ਤੇ ਮਾਰ ਦਿੰਦਾ ਨਹੀਂ। ਨਹੀਂ ਚਾਚਾ, ਇਹਦੇ ਕੋਲ ਹੈ ਸ਼ਨਾਖਤੀ ਕਾਰਡ, ਹੈ ਉਹਨੇ ਪੂਰੇ ਲਿਫਾਫਿਆਂ ਦੇ ਵਿੱਚ ਰੱਖਿਆ ਹੈ। ਕਹਿੰਦਾ ਮੈਂ ਬਾਹਰ ਜਾਣਾ ਤੇ ਜਾ ਕੇ ਰਹਿਣਾ। ਇੱਥੇ ਕੋਲੋਂ ਤੁਹਾਨੂੰ ਠੁੱਡ ਮਾਰਨੇ ਆ ਤੇ ਤੂੰ ਬਾਹਰ ਜਾ। ਤੇ ਯਾਰ ਟਾਈਮ ਹੋ ਗਿਆ ਜੀ, ਇਸ ਟਾਈਮ ਸ਼ਾਮ ਦੇ 5 ਵਜੇ ਦਾ, ਠੀਕ ਹੈ। ਅਤੇ ਦੁਪਹਿਰ ਨੂੰ ਜਿਹੜਾ ਨਾ ਇੱਕ ਛੋਟਾ ਜਿਹਾ ਕੰਮ ਸੀ, ਤਾਂ ਅਸੀਂ ਆਏ ਹਾਂ ਕੋਲ ਲਈ ਕਾਰਖਾਨੇ, ਅਤੇ ਕਾਰਖਾਨੇ ਹੁਣ ਜਿਹੜਾ ਨਾ ਮੈਂ ਅਤੇ ਮਤਲਬ ਰਿਆਤ ਅਸੀਂ ਵਾਪਸ ਜਾਂਦੇ ਹਾਂ। ਫਿਰ ਰਸਤੇ ਦੇ ਵਿੱਚ ਰਿਆਤ ਭਾਈ ਨੇ ਸਾਨੂੰ ਬੋਤਲ ਪਲਾਉਣ ਤੋਂ ਕਰ ਦਿੱਤਾ ਇਨਕਾਰ, ਠੀਕ ਹੈ। ਬਾਕੀ ਜਿਹੜਾ ਸ਼ੂਗਰ ਮੇਲਾ ਲੱਗਿਆ ਅਤੇ ਨਾਲ ਉਹ ਤੁਹਾਨੂੰ ਸਾਰਿਆਂ ਵੇਖਿਆ ਹੀ ਹੈ। ਅਤੇ ਇਸ ਪੈਲੀ ਦੇ ਵਿੱਚ ਨੇ ਮੱਛੀਆਂ, ਕਿਉਂਕਿ ਇਹਦੇ ਵਿੱਚ ਪਾਣੀ ਵਾਹਵਾ, ਅਤੇ ਇੱਥੇ ਲੋਕ ਇਹਨਾਂ ਦਾ ਮੱਛੀਆਂ ਦਾ ਜਾਇਜ਼ਾ ਲੈਂਦਾ ਪਿਆ ਕਿ ਮੱਛੀਆਂ ਵਿੱਚ ਹੈ ਨੇ ਜਾਂ ਖਤਮ ਹੋ ਗਈਆਂ ਨੇ। ਅਤੇ ਇੱਧਰ ਜਿਹੜਾ ਨਾ ਬੱਕਰੀਆਂ ਵੀ ਵਾਕ ਕਰਦੀਆਂ ਨੇ ਪਈਆਂ, ਆਹੋ ਯਾਰ ਇਹ ਵਾਲੀ ਬੂਟੀ ਚੈੱਕ ਕਰੋ, ਚਿੱਟੀ ਚਿੱਟੀ, ਇਹ ਕਿਤੇ ਕਿਤੇ ਇਲਾਕੇ ਦੇ ਵਿੱਚ ਹੁੰਦੀ ਆ। ਤੁਹਾਨੂੰ ਇਹਦੀ ਇੱਕ ਚੀਜ਼ ਵਿਖਾਵਾਂ, ਇਹਨੂੰ ਅਸੀਂ ਕਹਿੰਦੇ ਹਾਂ ਮਾਈ ਬੂਟੀ, ਠੀਕ ਹੈ। ਇਹਨੂੰ ਅਸੀਂ ਛੋਟੇ ਹੁੰਦੇ ਜਿਹੜਾ ਨਾ ਇਹਦਾ ਖੇਡਣ ਹੁੰਦੇ ਹਾਂ, ਇੰਝ ਲਾਹੁੰਦੇ ਹਾਂ ਅਤੇ ਇੰਝ ਕਰਕੇ ਤਾਂ ਵੱਡਾ ਹਾਰਨੇ ਹਾਂ। ਅਤੇ ਹਾਂ ਜਿਹੜਾ ਨਾ ਇਸ ਬੂਟੀ ਦਾ ਨਾਂ ਰੱਖਿਆ ਹੁੰਦਾ ਸੀ ਮਾਈ ਬੂਟੀ। ਯਾਰ ਇਹ ਵੇਖੋ, ਇਹ ਬੰਦਾ ਇੰਨਾ ਦਰਪੋ ਕੇ, ਇਹਨੂੰ ਮੈਂ ਕਹਿੰਦਾ ਮੇਰੇ ਨਾਲ ਕੁਸ਼ਤੀ ਲੜ, ਅਤੇ ਮੇਰੇ ਨਾਲ ਕੁਸ਼ਤੀ ਨਹੀਂ ਲੜਦਾ। ਇਹ ਵੇਖਿਓ, ਹਾਂ ਵੇ ਇਹਲਾ ਖਾਲਾ ਜੱਟ ਲਲਕਾਰੇ ਮਾਰਦਾ, ਨਹੀਂ ਲੜਦਾ, ਡਰਦਾ ਮੇਰੇ ਕੋਲ, ਡਰਦਾ ਡਰ ਗਿਆ, ਡਰ ਗਿਆ, ਡਰ ਗਿਆ। The next day. ਤਾਰਾ ਚੱਕ ਚੁੱਕ ਤੇ ਸੈਨ ਸੂਨ ਫਿਰ ਸ਼ੁਰੂ ਤੋਂ ਕਰਨੇ ਪੈਣੇ ਨੀ, ਇਹ ਚੈੱਕ ਵੀ ਤਾਂ ਆਇਆ ਉਹਨੇ ਦਾਦੀ ਪਾੜ ਕੇ ਦਿੱਤਾ ਨਾ ਚੈੱਕ ਤਾਂ ਆਇਆ ਉਹ, ਹੁਣ ਫਿਰ ਨਵੇਂ ਸਿਰੇ ਤੋਂ ਸਾਰੇ ਡਾਕੂਮੈਂਟ ਬਣਨਗੇ, ਸੈਨ ਸੂਨ ਹੋਣਗੇ ਤੇ ਫਿਰ ਮੋਬਾਈਲ ਨੀ ਮਿਲਿਆ ਤੇ ਹੁਣ ਜਿਹੜਾ ਨਾ ਬਾਈ ਪਿੰਡ ਹੀ ਆਉਣ ਲੱਗੇ ਨੇ,
ਠੀਕ ਹੈ, ਪਿੰਡ ਆ ਕੇ ਅਤੇ ਉਹ ਜਿਹੜਾ ਨਾ ਸਾਰੇ ਡਾਕੂਮੈਂਟ ਵਗੈਰਾ ਕਲੀਅਰ ਕਰਕੇ ਲੈ ਜਾਣਗੇ, ਅਤੇ ਫਿਰ ਜਿਹੜਾ ਨਾ ਕੱਲ੍ਹ ਇਨਸ਼ਾਅੱਲਾ, ਕੱਲ੍ਹ ਨਹੀਂ ਤਾਂ ਪਰਸੋਂ ਇਨਸ਼ਾਅੱਲਾ ਜਿਹੜਾ ਨਾ ਨਵਾਂ ਮੋਬਾਈਲ ਲੱਭ ਜਾਏਗਾ ਮੈਨੂੰ, ਨਹੀਂ ਜ਼ੈਨ ਨੂੰ, ਠੀਕ ਹੈ। ਬਾਕੀ ਜੋ ਵੀ ਨਵਾਂ ਮੋਬਾਈਲ ਤਾਂ ਆਉਣ ਵਾਲਾ, ਨਵੇਂ ਮੋਬਾਈਲ ਦਾ ਜਿਹੜਾ ਨਾ ਇੱਕ ਆਪਣਾ ਵੱਖਰਾ ਚਸ ਅਤੇ ਸਵਾਦ ਹੁੰਦਾ, ਠੀਕ ਹੈ। ਅਤੇ ਉਹ ਭਾਈ ਦਾ ਵੇਟ ਕਰਨਾ, ਵੀ ਭਾਈ ਆਉਂਦੇ ਨੇ ਵੀ ਹੁਣ ਜਦੋਂ ਵੀ ਆਉਂਦੇ ਨੇ ਅਤੇ ਫਿਰ ਡਾਕੂਮੈਂਟ ਵਗੈਰਾ ਸਾਰੇ ਕਲੀਅਰ ਕਰਨੇ ਆ, ਕਲੀਅਰ ਕਰਕੇ ਅਤੇ ਉਹਨਾਂ ਨੂੰ ਘੱਲਣੇ ਆ, ਉਹਨਾਂ ਨੂੰ ਘੱਲ ਕੇ ਅਤੇ ਫਿਰ ਨਵੇਂ ਮੋਬਾਈਲ ਦਾ ਇੰਤਜ਼ਾਰ ਕਰਨੇ ਆ। ਬਾਕੀ ਆਸਮਾਨ ਦਾ ਵਿਊ ਚੈੱਕ ਕਰੋ ਅਤੇ ਇਹ ਕਾਂ ਚੈੱਕ ਕਰੋ, ਜਿੱਥੇ ਜਿੱਥੇ ਮੈਂ ਜਾਣਾ ਨਾ ਕਾਵਾਂ ਨੇ ਜਾਨ ਨਹੀਂ ਛੱਡਣੀ, ਕਾਂ ਮੇਰੇ ਪਿੱਛੇ ਪਿੱਛੇ ਹੁੰਦੇ ਨੇ। ਹੁਰ ਅਸਲਾਮ ਅਲੈਕਮ, ਤੁਸੀਂ? ਹਾਂਜੀ, ਸੁਣਾਓ ਕੀ ਹਾਲ ਹੈ? ਪਿੰਡ ਨਹੀਂ ਲੱਭਦਾ ਪਿਆ? ਪਿੰਡ ਤਾਂ ਨਹੀਂ, ਪਤਾ ਨਹੀਂ ਪਿੰਡ ਦਾ ਕਿਆ, ਪਿੰਡ ਇੱਥੇ ਵੀ ਆ। ਅੱਛਾ, ਪਹਿਲੀ ਵਾਰੀ ਵੇਖਿਆ? ਮੈਂ ਪਹਿਲੀ ਵਾਰੀ ਤਰ੍ਹਾਂ। ਹਾਂ, ਚਲੋ ਆਈਓ, ਉੱਥੇ ਚੱਲੀਏ ਡੇੜੇ ਪਿੱਛੇ। ਅੱਛਾ, ਨਹੀਂ, ਘਰ ਕਿੱਥੇ ਤੁਹਾਡਾ? ਘਰ ਮੇਰਾ ਘਰ ਫਰੰਟ 'ਤੇ ਹੋਰ ਸਰ ਕੋਈ ਚੀਜ਼ ਆਈਡੀ ਕਾਰਡ? ਹਰ ਚੀਜ਼ ਸਾਡੀਆਂ ਨਾਲ ਕਾਪੀਆਂ ਲੱਗੀਆਂ ਹਨ। ਆਹੋ, ਇੱਕ ਮੇਰੀ ਲੱਗੀ ਹੈ, ਤਿੰਨ ਕਾਪੀਆਂ ਲੱਗੀਆਂ ਹਨ, ਕਾਪੀਆਂ ਛਾਪੀਆਂ ਲਈ ਹਰ ਚੀਜ਼ ਕਲੀਅਰ ਹੈ। ਖਾਲੀ ਸੈਰ ਨਹੀਂ ਕਰਨੇ ਨਾ, ਸੈਰ ਮੈਂ ਕਰ ਦਿੰਦਾ, ਅੱਬੇ ਉੜਾਉਂਦੇ ਬਸ। ਚਲੋ ਕਰੋ ਚਾਚੂ, ਤੁਸੀਂ ਤੇ ਸਾਈਨ ਕਰੋ ਨਾ। ਜੀ ਮੋਬਾਈਲ ਕਾਲ ਅੱਜ ਕੇ ਪੇਪਰ ਡਾਕੂਮੈਂਟ ਲੈਣ ਕੇ ਆਇਆ ਨਾ। ਸਰ ਉੱਥੇ ਬੈਠਾ ਰਹੇ ਨੇ। ਤੇਰਾ ਨਾਂ ਸਹੀ ਸਾਕਬ? ਨਾਂ ਤਾਂ ਸਿਗਨੇਚਰ ਮੇਰੇ ਹਰ ਥਾਂ ਇਹੀ ਨੇ। ਸਰ ਭਾਈ ਅੱਗੇ ਆਏ ਸਾਨੂੰ ਸਾਰੇ ਡਾਕੂਮੈਂਟ ਜਿਹੜਾ ਨਾ ਫਿਲ ਕਰਕੇ ਲੈ ਗਏ ਨੇ, ਠੀਕ ਹੈ। ਹੁਣ ਬਸ ਅੱਬੂ ਰਾਂ ਦੀ ਗਰੰਟੀ ਪੈਣੀ ਹੈ, ਇੱਕ ਦੋ ਮੋਬਾਈਲ ਜਿਹੜਾ ਨਾ ਅਸਲ 'ਤੇ ਲੈਣ ਲੱਗਿਆ ਸੀ ਕਿਸ਼ਤੋਂ ਪੇ, ਠੀਕ ਹੈ। ਅਤੇ ਫਿਰ ਜਿਹੜੇ ਕਿਸ਼ਤੋਂ ਪੇ ਮੋਬਾਈਲ ਲੈਣਾ ਹੋਏ ਨਾ, ਅਤੇ ਖਾਸ ਕਰ ਲੈਣਾ ਹੋਏ ਨਹੀਂ ਮਾਲਿਆ ਕੋਲ, ਉਹਦਾ ਜਿਹੜਾ ਨਾ ਰੌਲਾ ਬਹੁਤ ਜ਼ਿਆਦਾ ਹੁੰਦਾ। ਬਸ ਬਾਕੀ ਸਾਡਾ ਜਿਹੜਾ ਨਾ ਉੱਥੇ ਰਿਕਾਰਡ ਬਹੁਤ ਆਲਾ ਕਿਸਮ ਦਾ, ਕਿਉਂਕਿ ਇਹ ਜਿਹੜੀ ਪਿੱਛੇ ਚੀਜ਼ਾਂ ਲਈਆਂ ਹਨ ਨਾ, ਦੋ ਤਿੰਨ ਉਹਨਾਂ ਦੀਆਂ ਕਿਸ਼ਤਾਂ ਸੀ ਇੱਕ ਮਹੀਨਾ ਪਹਿਲਾਂ ਹੀ ਖਤਮ ਕਰ ਖੜੀਆਂ ਹਨ, ਤਾਂ ਇੱਥੇ ਜਿਹੜਾ ਨਾ ਆ ਕੇ ਸਾਨੂੰ ਬਾਈ 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 ਕਹਿੰਦੇ ਹਨ ਪੇ, ਠੀਕ ਹੈ। ਬਾਕੀ ਜੋ ਵੀ ਹੈ ਡਾਕੂਮੈਂਟ ਵਗੈਰਾ ਸਾਰੇ ਕਲੀਅਰ ਕਰ ਖੜੇ ਨੇ, ਅਤੇ ਹੁਣ ਵੇਖੋ ਕੀ ਬਣਦਾ, ਕੱਲ੍ਹ ਨਹੀਂ ਤਾਂ ਪਰਸੋਂ ਇਨਸ਼ਾਅੱਲਾ ਜਿਹੜਾ ਨਾ ਨਵਾਂ ਮੋਬਾਈਲ ਆਈ ਜਾਏਗਾ, ਠੀਕ ਹੈ। ਅਤੇ ਜਦੋਂ ਨਵਾਂ ਮੋਬਾਈਲ ਆਈ ਜਾਏਗਾ ਨਾ, ਫਿਰ ਨਵੇਂ ਮੋਬਾਈਲ ਦੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ, ਅਤੇ ਫਿਰ ਤੁਹਾਨੂੰ ਦੱਸਾਂਗੇ ਕਿ ਮੋਬਾਈਲ ਲਿਆ ਕੇ ਰਹੀਏ, ਨਹੀਂ ਤੁਹਾਨੂੰ ਦੱਸਣਾ। ਫਿਰ ਜਦੋਂ ਮੋਬਾਈਲ ਆਏਗਾ ਨਾ, ਤਾਂ ਫਿਰ ਤੁਹਾਨੂੰ ਵਹਾਵਾਂਗੇ ਕਿ ਮੋਬਾਈਲ ਹੈ ਕਿਹੜਾ। ਆਈਏ, ਤੁਹਾਨੂੰ ਆਪ ਨਹੀਂ ਪਤਾ ਕਿ ਮੋਬਾਈਲ ਲੈਣਾ ਕਿਹੜਾ ਅਤੇ ਮੋਬਾਈਲ ਹੈ ਕਿਹੜਾ। ਜਦੋਂ ਆਏਗਾ ਫਿਰ ਹੀ ਤੁਹਾਨੂੰ ਦੱਸਾਂਗੇ, ਆਈਏ ਜਿਹੜਾ ਨਾ ਤੁਹਾਨੂੰ ਕੁਛ ਵੀ ਨਹੀਂ ਦੱਸ ਸਕਦੇ। ਬਾਕੀ ਇਸ ਟਾਈਮ ਸ਼ਾਮ ਪੈਣ ਵਾਲੀ ਹੈ, ਸੂਰਜ ਫੁੱਲ ਗਰੂਬ ਹੋ ਗਿਆ, ਸੂਰਜ ਇਸ ਟਾਈਮ ਫੁੱਲ ਗਰੂਬ ਹੋ ਗਿਆ, ਸ਼ਾਮ ਦੀਆਂ ਅਦਾਨਾਂ ਹੋਣ ਵਾਲੀਆਂ ਨੇ, ਅਤੇ ਕਾਂ ਇਸ ਸਾਈਡ 'ਤੇ ਬੋਲਣਾ ਸ਼ੁਰੂ ਹੋ ਗਏ। ਤੂੰ ਵੱਡੇ ਆਵਾਜ਼ ਮਾਰਨ ਤਾਂ ਖਲੋਈ ਜਾਈਦਾ, ਉਹਨੂੰ ਬਹਾ ਲਈਦਾ, ਅੱਗੇ ਨੰਗੀ ਦਾ ਨਹੀਂ ਚੱਲ ਲੱਗਿਆ ਸਕੂਨ ਦੇ ਨਾਲ, ਸਕੂਨ ਦਾ ਅੰਦੇ ਦਾ ਪੁੱਤਰ ਬਣ।